ਔਰ ਸਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਹੁਕਮ ਹੈ, ਲੱਖ ਕੋਈ ਤੁਹਾਨੂੰ ਗੁੰਮਰਾਹ ਕਰੇ ਵੀ ਇਤਿਹਾਸ ਆਮ ਇਨਸਾਨਾਂ ਦਾ ਲਿਖਿਆ, ਇਹਦੇ ਨਾਲ ਜੁੜਨਾ ਨਹੀਂ। ਭਾਵਨਾ ਵਾਲਾ ਕੋਈ ਆਖੇ ਇਤਿਹਾਸ ਨਾਲ ਜੁੜਨਾ ਹੈ, ਤੁਸੀਂ ਫੈਸਲਾ ਨਾ ਕਰ ਪਾਓ ਵੀ ਇੱਕ ਸਾਕਤ ਕਹਿ ਰਿਹਾ ਹੈ ਇਤਿਹਾਸ ਆਮ ਇਨਸਾਨ ਦਾ ਲਿਖਿਆ, ਇਹਦੇ ਨਾਲ ਜੁੜਨ ਦੀ ਲੋੜ ਨਹੀਂ। ਇੱਕ ਗੁਰਮੁਖ ਕਹਿ ਰਿਹਾ ਇਤਿਹਾਸ ਨਾਲ ਜੁੜੋ, ਤੁਹਾਨੂੰ ਸਮਝਣਾ ਪਵੇ ਵੀ ਵਿਚਾਰ ਕਿਸ ਦੀ ਫੋਲੋ ਕਰਨੀ ਹੈ। ਗੁਰੂ ਗ੍ਰੰਥ ਸਾਹਿਬ ਨੂੰ ਪੁੱਛੋ, ਮਹਾਰਾਜ ਕਹਿੰਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵਡੇ ਅਵਰਨਾ ਕੋਏ। ਕਹਿੰਦੇ ਬਾਣੀ ਤੋਂ ਵੱਡੀ ਵਿਚਾਰ ਕੋਈ ਨਹੀਂ, ਬਾਣੀ ਦੀ ਹੀ ਵਿਚਾਰ ਨੂੰ ਅਸੀਂ ਫੋਲੋ ਕਰਨਾ ਹੈ। ਅਤੇ ਬਾਣੀ ਕੀ ਕਹਿੰਦੀ ਹੈ, ਇਤਿਹਾਸ ਬਾਬਤ ਸੁਣ ਸਾਖੀ ਮਨ ਜਪ ਪਿਆਰ। ਅਜਾਮਲ ਉਧਰਿਆ ਕਹਿ ਇੱਕ ਬਾਰ, ਬਾਲ ਮੀਕੈ ਹੋਆ ਸਾਧ ਸੰਗ, ਧਰੂ ਕੋ ਮਿਲਿਆ ਹਰ ਨਿਸੰਗ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁਕਮ ਕਰਦੇ ਨੇ, ਸਿੱਖਾ ਸਾਖੀ ਸੁਣ ਹਿਰਦੇ 'ਚ ਧਾਰ। ਕਿਹਨਾਂ ਦੀਆਂ ਸਾਖੀਆਂ, ਜਿਹੜੇ ਮਹਾਂਪੁਰਸ਼ ਅਕਾਲ ਪੁਰਖ ਦੇ ਗੀਤ ਗਾ ਕੇ ਆਪਣੇ ਜੀਵਨ ਨੂੰ ਸਫਲਾ ਕਰ ਗਏ। ਜੇ ਇੱਥੇ ਅਜਾਮਲ ਧਰੂ ਜੀ ਵਰਗੇ ਮਹਾਂਪੁਰਸ਼ਾਂ ਦਾ ਜ਼ਿਕਰ ਨਾ ਹੁੰਦਾ, ਇਕੱਲਾ ਸਾਖੀ ਲਫ਼ਜ਼ ਆਉਂਦਾ, ਫਿਰ ਸਾਖੀ ਦਾ ਮਤਲਬ ਸੀ ਸਿੱਖਿਆ। ਇੱਥੇ ਕੁਝ ਪਾਤਰ ਨੇ ਇਤਿਹਾਸ ਦੇ ਜਿਨ੍ਹਾਂ ਦਾ ਜ਼ਿਕਰ ਆਇਆ, ਇਸ ਕਰਕੇ ਇੱਥੇ ਸਾਖੀ ਦਾ ਭਾਵ ਹੈ ਸਾਖਿਆਤ ਗਵਾਹੀ, ਜੋ ਕੌਤਕ ਵਰਤੇ ਨੇ, ਜੋ ਗਵਾਹ ਨੇ ਪਰਮ ਈਸ਼ਰ ਦੇ, ਜਿਸਨੇ ਗੀਤ ਗਾਏ ਉਸਦਾ ਪਾਰ ਉਤਾਰਾ ਹੋ ਗਿਆ। ਸੋ ਐਸੇ ਦੀਨ ਦੁਨੀਆ ਦੇ ਮਾਲਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਹੁਕਮ ਕਰਦੇ ਨੇ, ਕੀ ਹੁਕਮ ਹੈ? ਕਹਿੰਦੇ ਸਾਖੀ ਨੂੰ ਪ੍ਰੇਮ ਦੇ ਨਾਲ ਸੁਣ, ਔਰ ਜਿਨ੍ਹਾਂ ਮਹਾਂਪੁਰਸ਼ਾਂ ਬਾਬਤ ਸਤਪੁਰਸ਼ਾਂ ਬਾਬਤ ਇਹ ਸਾਖੀਆਂ ਨੇ, ਉਹਨਾਂ ਦੇ ਜੀਵਨ ਤੋਂ ਸੇਧ ਲੈ। ਜਿਸ ਪ੍ਰਕਾਰ ਦੇ ਨਾਲ ਉਹਨਾਂ ਗੁਰੂ ਪਾਤਸ਼ਾਹ ਅਕਾਲ ਪੁਰਖ ਨੂੰ ਪ੍ਰਸੰਨ ਕੀਤਾ, ਵੈਸਾ ਹੀ ਜੀਵਨ ਤੂੰ ਵੀ ਧਾਰ। ਮਹਾਰਾਜ ਕਹਿੰਦੇ ਨੇ ਸੁਣ ਸਾਖੀ ਮਨ ਜਪ ਪਿਆਰ, ਲਿਸਨ ਟੂ ਦਾ ਸਟੋਰੀਜ਼ ਆਫ ਦਾ ਡਿਵੋਟੀਜ਼। ਇੰਗਲਿਸ਼ ਦੇ ਟੀਕਾਕਾਰਾਂ ਇਹੀ ਅਰਥ ਕੀਤਾ ਹੈ, ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਸੁਣ, ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਵੱਲ ਧਿਆਨ ਦੇਣਾ ਕਰ, ਇਹ ਮਹਾਰਾਜ ਦਾ ਹੁਕਮ ਹੈ। ਪਰ ਇੱਥੇ ਕਈ ਨਾਸਤਕ ਸਿੱਖ ਜਗਤ ਦੇ ਅੰਦਰ ਪ੍ਰਚਾਰਕ ਪੈਦਾ ਨਹੀਂ ਹੋਏ, ਕੀਤੇ ਗਏ ਨੇ, ਏਜੰਸੀਆਂ ਕਰਦੀਆਂ ਨੇ, ਧਰਮ ਤੋਂ ਭਾਵਨਾ ਖਾਲਸੇ ਦੀ ਖਤਮ ਹੋਵੇ, ਧਰਮ ਤੋਂ ਦੂਰੀ ਵੱਧ ਜਾਵੇ, ਐਸੇ ਸਾਡੇ ਵਿੱਚ ਕੁਝ ਅਰਿਸ਼ਟ ਪੈਦਾ ਕੀਤੇ ਨੇ, ਉਹਨਾਂ ਦਾ ਪ੍ਰਚਾਰ ਇੱਦਾਂ ਦਾ ਹੈ। ਉਹ ਕਹਿੰਦੇ ਨੇ ਜੀ ਜੋ ਅੱਖੀਂ ਵੇਖਿਆ ਅਸੀਂ ਤਾਂ ਉਹੀ ਮੰਨਣਾ ਹੈ, ਜੋ ਅੱਖੀਂ ਵੇਖਦੇ ਹਾਂ ਉਹੀ ਮੰਨਣਾ ਹੈ, ਔਰ ਦਾਅਵਾ ਪਏ ਕਰਦੇ ਨੇ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਤੋਂ ਲਹਿਦਾ ਕਿਸੇ ਨੂੰ ਮੰਨਦੇ ਨਹੀਂ। ਅਤੇ ਮੈਂ ਪੁੱਛਦਾ ਵੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਕਿਹੜੀ ਤੁਸੀਂ ਅੱਖੀਂ ਵੇਖੀ ਹੈ? 1661 ਬਿਕਰਮੀ ਸੰਮਤ ਵਿੱਚ ਬਾਬਾ ਗੁਰਦਾਸ ਜੀ ਦੇ ਹਸਤ ਕਮਲ ਗੁਰੂ ਅਰਜਨ ਸਾਹਿਬ ਦੇ ਹੁਕਮ ਵਿੱਚ ਰਾਮਸਰ ਅੰਮ੍ਰਿਤਸਰ ਚੱਲੇ, ਸ਼੍ਰੀ ਆਦਿ ਗ੍ਰੰਥ ਸਾਹਿਬ ਹੋਂਦ ਵਿੱਚ ਆਏ। ਹੁਣ ਅੱਖੀਂ ਤਾਂ ਆਪਾਂ ਕਿਸੇ ਨੇ ਵੀ ਨਹੀਂ ਵੇਖਿਆ, ਅੱਖੀਂ ਤਾਂ ਖੁਦਾਇਆ ਨਹੀਂ ਦਿਖ ਰਿਹਾ, ਧਰਮ ਭਾਵਨਾ 'ਤੇ ਖਲੋਤਾ ਹੈ। ਦਾਸ ਕੱਲ੍ਹ ਵੀ ਕਹਿ ਰਿਹਾ ਸੀ ਜੋ ਅੱਖਾਂ ਨੂੰ ਦਿਖਦਾ ਜ਼ਰੂਰੀ ਨਹੀਂ ਉਹੀ ਮੌਜੂਦ ਹੈ, ਕੁਝ ਅਗੋਚਰ ਬਰਕਤਾਂ ਨੇ ਜੋ ਅੱਖਾਂ ਦਾ ਵਿਸ਼ਾ ਹੀ ਨਹੀਂ, ਜੋ ਅੱਖਾਂ ਨੂੰ ਦਿਖਦੀਆਂ ਨਹੀਂ, ਪਰ ਮੰਨਣਾ ਪੈਂਦਾ ਹੈ। ਸਾਇੰਸ ਬਿਲੀਵਸ ਦੈਟ ਦਿਸ ਵਰਲਡ ਇਜ਼ ਫੋਰਮ ਫਰੋਮ ਐਟਮਸ, ਐਟਮ ਤੋਂ, ਪਰਮਾਣੂ ਤੋਂ ਦੁਨੀਆ ਬਣੀ, ਪਰ ਉਹ ਮਾਈਕਰੋਸਕੋਪ ਨਾਲ ਵੀ ਪਰਮਾਣੂ ਨਹੀਂ ਦਿਖਦਾ, ਸਾਇੰਸ ਮੰਨਦੀ ਹੈ ਦੁਨੀਆ ਉਸ ਤੋਂ ਬਣੀ ਹੈ। ਖੁਦਾਇਆ ਦਿਖਦਾ ਨਹੀਂ, ਫੁੱਲਾਂ ਦੀ ਖੁਸ਼ਬੋਈ ਦਿਖਦੀ ਨਹੀਂ, ਅਸੀਂ ਮਾਣਦੇ ਹਾਂ। ਜੋ ਦਿਖਦਾ ਹੈ ਉਹ ਸੱਚ ਹੈ, ਜੋ ਨਹੀਂ ਦਿਖਦਾ ਇਹ ਮਤਲਬ ਨਹੀਂ ਵੀ ਉਹ ਹੋ ਨਹੀਂ ਸਕਦਾ, ਉਹ ਵੀ ਸੱਚ ਹੈ। ਸੋ ਧਿਆਨ ਦੇ, ਕਈ ਲੋਕ ਇਹ ਗੱਲ ਕਹਿੰਦੇ ਨੇ ਅਖੇ ਜੀ ਜੋ ਅੱਖੀਂ ਵੇਖਿਆ ਉਹੀ ਮੰਨਣਾ ਹੈ। ਅੱਛਾ, ਮੈਂ ਹੈਰਾਨ ਸੀ ਐਸੇ ਨਾਸਤਕ ਪ੍ਰਚਾਰਕਾਂ ਨੂੰ ਸੁਣ ਕੇ, ਫਿਰ ਵੀ ਆਪਣੇ ਆਪ ਨੂੰ ਕੁਝ ਅਗਿਆਨੀ ਗਿਆਨੀ ਸਮਝਣ 'ਤੇ ਦਾਅਵਾ ਕਰਨ ਅਸੀਂ ਸਿੱਖ ਹਾਂ, ਇਹ ਸਭ ਤੋਂ ਵੱਡਾ ਕੁਫਰ ਹੈ। ਸਿੱਖ ਉਹ ਹੈ ਜਿਹੜਾ ਭਾਵਨਾ ਵਿੱਚ ਸਰਸਾਰ ਹੈ, ਜਿਹੜਾ ਸਦਾ ਗੁਰੂ ਦੇ ਹੁਕਮ ਅੱਗੇ, ਬਾਣੀ ਅੱਗੇ, ਇਤਿਹਾਸ ਅੱਗੇ ਸਜਦਾ ਕਰਦਾ ਹੈ।
ਆ ਇੱਕ ਕਿਸੇ ਨਾਸਤਕ ਦੇ ਚੇਲੇ ਨੂੰ ਕਿਸੇ ਪੱਤਰਕਾਰ ਨੇ ਸਹਿ ਸੁਭਾਅ ਪੁੱਛ ਲਿਆ। ਮੈਂ ਇਤਿਹਾਸ ਸੁਣਾਉਣ ਲੱਗਾ ਅਬਚਲ ਨਗਰ ਦਾ, ਔਰ ਕਈ ਆਖਣਗੇ ਅਸੀਂ ਤਾਂ ਅੱਖੀ ਨਹੀਂ ਵੇਖਿਆ, ਮੰਨੀਏ ਕਿੱਦਾਂ, ਤੂੰ ਬੜਾ ਕੁਝ ਅੱਖੀ ਨਹੀਂ ਵੇਖਿਆ ਪਰ ਤੈਨੂੰ ਮੰਨਣਾ ਪੈਂਦਾ ਹੈ। ਉਹ ਕਿਸੇ ਗੁਰਮੁਖ ਸਿੱਖ ਨੇ ਸਵਾਲ ਕੀਤਾ ਹੈ ਵੀ ਦੇਖੋ ਗਿਆਨ ਹੀ ਸਭ ਕੁਝ ਨਹੀਂ ਹੈ, ਬਖਸ਼ਿਸ਼ ਵੀ ਇੱਕ ਚੀਜ਼ ਹੈ। ਇਹ ਠੀਕ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਬਾਣੀ ਦਾ ਗਿਆਨ ਹੋਵੇਗਾ, ਸ਼ਹਾਦਤ ਮਾਣੀ ਉਹ ਡੋਲਿਆ ਨਹੀਂ, ਡੋਲਦਾ ਵੀ ਨ ਕਿਉਂ, ਪੂਰੇ ਗੁਰੂ ਦਾ ਹੱਥ ਹੈ ਉਹਦੇ ਸਿਰ 'ਤੇ, ਸਤਿਗੁਰ ਮੇਰਾ ਤਾਣ ਨਿਤਾਣ, ਉਹ ਨਹੀਂ ਡੋਲੇਗਾ। ਨਾ ਤੁਮ ਡੋਲੋ ਨਾ ਹਮ ਗਿਰਤੇ, ਜਦੋਂ ਸਾਡਾ ਗੁਰੂ ਗੋਬਿੰਦ ਸਿੰਘ ਖੁਦ ਖੁਦਾ ਨਹੀਂ ਡੋਲਦਾ ਜਿਹਦੇ ਅਸੀਂ ਆਸਰੇ ਹਾਂ, ਤਾਂ ਅਸੀਂ ਕਿਉਂ ਡੋਲੀਏ। ਪਰ ਉਹ ਗੁਰਮੁਖ ਕਹਿੰਦਾ ਵੀ ਗਿਆਨ ਹੀ ਸਭ ਕੁਝ ਨਹੀਂ ਹੈ। ਹੁਣ ਅਜੈ ਸਿੰਘ 3-4 ਸਾਲ ਦਾ ਬੱਚਾ ਹੈ ਬਾਬਾ ਬੰਦਾ ਸਿੰਘ ਬਹਾਦਰ ਦਾ, 3-4 ਸਾਲ ਉਮਰ ਹੈ, ਉਹਨੂੰ ਤਾਂ ਗਿਆਨ ਨਹੀਂ ਨਾ, ਉਹਨੂੰ ਜਪਜੀ ਸਾਹਿਬ ਦੇ ਅਰਥ 'ਤੇ ਨਹੀਂ ਨਾ ਆਉਂਦੇ, ਉਹਨੂੰ ਤਾਂ ਸਮਝ ਨਹੀਂ ਨਾ ਵੀ ਮੌਤ ਤੋਂ ਬਾਅਦ ਦੁਨੀਆ ਨਹੀਂ ਮੁੱਕ ਗਈ, ਅਗੋਚਰ ਦੁਨੀਆ ਸ਼ੁਰੂ ਹੁੰਦੀ ਹੈ, ਅਕਾਲ ਪੁਰਖ ਦੇ ਚਰਨਾਂ 'ਚ ਨਿਵਾਸ ਮਿਲਦਾ ਹੈ, ਉਹ ਨਹੀਂ ਜਾਣਦਾ ਇਹ ਗਿਆਨ ਦੀਆਂ ਗੱਲਾਂ, ਉਹਨੂੰ ਜੀਵਨ ਜਾਂਚ ਨਹੀਂ ਹੈ। 3-4 ਸਾਲ ਦੇ ਬੱਚੇ ਨੂੰ ਗਿਆਨ ਨਹੀਂ ਹੁੰਦਾ, ਪਰ ਜਦੋਂ ਉਹਦਾ ਕਲੇਜਾ ਕੱਢਿਆ ਗਿਆ, ਉਹਦੇ ਗਲੂਏ 'ਚੋਂ ਸੀ ਨਹੀਂ ਨਿਕਲੀ, ਸਾਡੇ ਬੱਚੇ ਦੇ ਕੰਡਾ ਲੱਗ ਜਾਵੇ ਤਾਂ ਹਾਹਾਕਾਰ ਮਚਾਉਂਦਾ ਹੈ, ਇਹ ਗਿਆਨ ਨਹੀਂ ਸੀ, ਇਹ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਸੀ ਵੀ 3-4 ਸਾਲਾਂ ਦੇ ਬੱਚੇ ਅਜੈ ਸਿੰਘ ਦਾ ਕਾਲਜਾ ਕੱਢਿਆ, ਉਹਦੇ ਗਲੂਏ 'ਚੋਂ ਸੀ ਨਹੀਂ ਨਿਕਲੀ, ਬਲਕਿ ਜਕਾਰਾ ਛੱਡਦਾ ਹੈ ਉਹ ਸ਼ਹਾਦਤ ਦੇ ਸਮੇਂ, ਉਹਦਾ ਕਲੇਜਾ ਕੱਢ ਕੇ ਉਹਦੇ ਬਾਪ ਦੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ। ਉਹ ਬਾਬਾ ਬੰਦਾ ਸਿੰਘ ਬਹਾਦਰ ਜਿਹਨੂੰ ਨੰਦੇੜ ਦੀ ਪਾਕ ਧਰਤੀ 'ਤੇ ਕਲਗੀ ਧਰਨੇ ਥਾਪੜਾ ਦੇ ਕੇ ਸਿੱਖ ਜਗਤ ਦਾ ਪਹਿਲਾ ਬੇਤਾਜ ਬਾਦਸ਼ਾਹ ਥਾਪ ਦਿੱਤਾ ਸੀ, ਮੂੰਹ ਵਿੱਚ ਕਲੇਜਾ ਪਾਇਆ ਗਿਆ, ਉਹਨੇ ਸੀ ਨਹੀਂ ਕੀਤੀ, ਉਹਨੇ ਆਹ ਨਹੀਂ ਭਰੀ। ਇਹਦਾ ਇੱਕ ਕਾਰਨ ਹੈ, ਇੱਕ ਬਖਸ਼ਿਸ਼ ਹੈ। ਔਰ ਗੁਰੂ ਗ੍ਰੰਥ ਸਾਹਿਬ ਇਹ ਗੱਲ ਕਹਿੰਦੇ ਨੇ, ਦੁੱਖ ਸੁੱਖ ਹੀਤੇ ਭਏ ਨਿਰਾਲੇ, ਗੁਰਮੁਖ ਸੀਲ ਸਨਾਹਾ ਹੈ। ਜਿਹੜੇ ਗੁਰਮੁਖ ਬਣ ਜਾਂਦੇ ਨੇ, ਜਿਹੜੇ ਗੁਰੂ ਦੇ ਹੁਕਮ ਵਿੱਚ ਚੱਲਦੇ ਨੇ, ਉਹਨਾਂ ਨੂੰ ਦੁੱਖ ਸੁੱਖ ਭੋ ਨਹੀਂ ਸਕਦਾ। ਇਹ ਬਾਣੀ ਕਹਿ ਰਹੀ ਹੈ, ਦਾ ਗੁਰਮੁਖ ਰੀਮੇਨ ਅਨ ਇਫੈਕਟਿਡ ਬਾਏ ਪੇਨ ਐਂਡ ਪਲੇਅਰ, ਦੁੱਖ ਸੁੱਖ ਵਿੱਚ ਸਮਾਨ ਰਹਿੰਦੇ ਨੇ, ਇਹ ਬਾਣੀ ਕਹਿੰਦੀ ਹੈ। ਅਸੀਂ ਕਿਹਦੀ ਮੰਨਣੀ ਹੈ? ਵਾਹੋ ਵਾਹੋ ਬਾਣੀ, ਨਿਰੰਕਾਰ ਹੈ ਤਿਸ ਜੇਵ ਡਵਰ ਨਾ ਕੋਏ। ਉਹ ਜਿਹੜਾ ਅੱਗੇ ਨਾਸਤਕ ਦਾ ਚੇਲਾ ਸੀ ਨਾ, ਜਦੋਂ ਗੁਰਮੁਖ ਨੇ ਆਖਿਆ ਵੀ ਬਖਸ਼ਿਸ਼ ਵੀ ਚੀਜ਼ ਹੈ, ਇਹ ਬਖਸ਼ਿਸ਼ ਹੈ, ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਕਾਲਜਾ ਪਾਇਆ ਲਖਤੇ ਜਿਗਰ ਦਾ, ਉਹ ਆਹ ਨਹੀਂ ਕਹਿੰਦਾ, ਸੀ ਨਹੀਂ ਕਹਿੰਦਾ। 3-4 ਵਰ੍ਹਿਆਂ ਦੇ ਬੱਚੇ ਦਾ ਕਲੇਜਾ ਕੱਢਿਆ ਗਿਆ, ਉਹ ਹਾ ਦਾ ਨਾਰਾ ਨਹੀਂ ਮਾਰੇਗਾ, ਉਹ ਭਾਣਾ ਮੰਨੇਗਾ। ਇਹ ਗੁਰੂ ਦੀ ਬਖਸ਼ਿਸ਼ ਹੈ। ਔਰ ਬਾਣੀ ਕਹਿੰਦੀ ਹੈ, ਜਿਹੜੇ ਗੁਰਮੁਖ ਨੇ ਦੁੱਖ ਸੁੱਖ ਨਹੀਂ ਪਾਉਂਦਾ, ਅਤੇ ਉਹ ਅੱਗੋਂ ਅਲਪ ਬੁੱਧੀ ਬੰਦਾ ਜਵਾਬ ਦਿੰਦਾ, ਉਹ ਕਹਿੰਦਾ ਤੁਸੀਂ ਅੱਖੀਂ ਵੇਖਿਆ, ਤੁਸੀਂ ਅੱਖੀਂ ਵੇਖਿਆ ਵੀ ਕਾਲਜਾ ਅਜੈ ਸਿੰਘ ਦਾ ਕੱਢ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਅਤੇ ਸੀ ਨਾ ਕੀਤੀ। ਮੈਂ ਹੈਰਾਨ ਹਾਂ ਇਹਨਾਂ ਦੀ ਸੁਰਤੀ ਤੋਂ। ਤੁਸੀਂ ਕਦੇ ਬਾਣੀ ਧਿਆਨ ਨਾਲ ਪੜ੍ਹੋ, ਕਦੇ ਗੁਰੂ ਗ੍ਰੰਥ ਸਾਹਿਬ ਨੂੰ ਧਿਆਨ ਨਾਲ ਪੜ੍ਹੋ। ਬਾਣੀ ਦਾ ਇੱਕ ਫੁਰਮਾਨ ਹੈ, ਮਹਾਰਾਜ ਕਹਿੰਦੇ ਨੇ, ਤੇਰਾ ਵਜੂਦ ਤੇਰੇ ਪਿਤਾ ਦਾ ਬੀਜ ਹੈ, ਅਤੇ ਤੇਰੇ ਪਿਤਾ ਦਾ ਉਹ ਬੀਜ ਜਦੋਂ ਮਾਂ ਦੇ ਗਰਭ ਰੂਪੀ ਖੇਤ ਵਿੱਚ ਬੀਜਿਆ ਗਿਆ ਅਤੇ ਤੇਰੀ ਪੈਦਾਇਸ਼ ਹੋਈ, ਇਹ ਬਾਣੀ ਕਹਿੰਦੀ ਹੈ। ਅਤੇ ਮੈਂ ਉਸ ਨਾਸਤਕ ਬਿਰਤੀ ਦੇ ਬੰਦੇ ਤੋਂ, ਜਿਤਨੇ ਵੀ ਐਸੇ ਲੋਕ ਨੇ, ਇਹ ਪੁੱਛਦਾ, ਬਾਣੀ ਗੁਰੂ ਗ੍ਰੰਥ ਸਾਹਿਬ ਦੀ ਇੱਕ ਗੱਲ ਕਹਿੰਦੀ ਹੈ, ਜਾਂ ਕੀ ਲੀਲਾ ਕੀ ਮਿਤ ਨਾਹੇ, ਉਹ ਕੈਸੀਆਂ ਲੀਲਾ ਰਚਦਾ ਹੈ ਅਕਾਲ ਪੁਰਖ, ਇਹ ਕੋਈ ਜਾਣ ਨਹੀਂ ਸਕਦਾ। ਸਗਲ ਦੇਵ ਹਾਰੇ ਅਵਗਾਹੇ, ਇੱਥੋਂ ਤੱਕ ਬੜੇ ਬੜੇ ਦੇਵਤਿਆਂ ਨੂੰ ਉਹਦੀ ਲੀਲਾ ਸਮਝ ਵਿੱਚ ਨਹੀਂ ਆਉਂਦੀ। ਇਸੇ ਤਰ੍ਹਾਂ ਕਹਿੰਦੇ, ਪਿਤਾ ਕਾ ਜਨਮ ਕੇ ਜਾਣੈ ਪੂਤ, ਸਗਲ ਪਰੋਈ ਆਪਣੇ ਸੂਤ, ਬੱਚਾ ਆਪਣੇ ਪਿਤਾ ਦੇ ਜਨਮ ਬਾਬਤ ਆਪਣੇ ਜਨਮ ਬਾਬਤ ਨਹੀਂ ਜਾਣਦਾ, ਸਾਡਾ ਜਨਮ ਕਿਵੇਂ ਹੋਇਆ। ਮਾਂ ਕੀ ਰਕਤ ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰ ਅਪਾਰਾ, ਮਾਂ ਦੇ ਰਕਤ ਵਿੱਚ
ਪਿਤਾ ਦਾ ਬਿੰਦ ਜਦੋਂ ਸਥਾਪਿਤ ਹੋਇਆ, ਮਾਂ ਦੇ ਗਰਭ ਰੂਪੀ ਖੇਤ ਵਿੱਚ ਪਿਤਾ ਦਾ ਬੀਜ ਸਥਾਪਿਤ ਹੋਇਆ ਤਾਂ ਕੀ ਬਣਿਆ? ਮੂਰਤ ਸੂਰਤ ਕਰ ਅਪਾਰਾ ਸੁੰਦਰ ਸਰੂਪ ਬਣਿਆ। ਅਤੇ ਮੈਂ ਇਹਨਾਂ ਨਾਸਤਿਕਾਂ ਨੂੰ ਪੁੱਛਦਾ ਹੈ ਵੀ ਜਦੋਂ ਤੁਹਾਡੀ ਮਾਂ ਦੇ ਗਰਭ ਵਿੱਚ ਤੁਹਾਡੇ ਪਿਤਾ ਦਾ ਬੀਜ ਸਥਿਤ ਹੋਇਆ ਸੀ, ਕੀ ਤੁਸੀਂ ਵੇਖਿਆ ਹੈ? ਤੁਸੀਂ ਤਾਂ ਆਪਣੇ ਜਨਮ ਨੂੰ ਨਹੀਂ ਵੇਖਿਆ, ਅਤੇ ਫਿਰ ਹੁਣ ਤੁਹਾਡੇ ਵਜੂਦ ਨੂੰ ਧੂੰਆਂ ਮੰਨ ਲਈਏ, ਸੁਪਨਾ ਮੰਨ ਲਈਏ? ਤੁਸੀਂ ਆਪਣੇ ਜਨਮ ਬਾਬਤ ਨਹੀਂ ਜਾਣਦੇ, ਫਿਰ ਤੁਹਾਡੀ ਹੋਂਦ 'ਤੇ ਕੁਝ ਵੀ ਨਹੀਂ ਹੈ। ਸੋ ਇਹ ਦਾਅਵੇ ਕਰਨੇ ਛੱਡੋ ਵੀ ਜੋ ਅੱਖੀਂ ਵੇਖਿਆ ਉਹੀ ਸੱਚ ਹੈ। ਧਰਮ ਇਹ ਭਾਵਨਾ 'ਤੇ ਖਲੋਤਾ ਹੈ। ਰੱਬ ਹੈ, ਤੁਹਾਨੂੰ ਮੈਨੂੰ ਨਜ਼ਰ ਹੀ ਨਹੀਂ ਆਉਂਦਾ, ਪਰ ਭਾਵਨਾ ਹੈ ਵੀ ਉਹ ਹੈ। ਫੁੱਲਾਂ ਦੀ ਖੁਸ਼ਬੋਈ ਹੈ, ਮਾਣਦੇ ਹਾਂ, ਪਰ ਕੁਝ ਐਸੀਆਂ ਰੂਹਾਂ ਨੇ ਜੋ ਅੱਖੀਂ ਵੀ ਰੱਬ ਨੂੰ ਵੇਖਦੀਆਂ ਨੇ। ਨਾਮੇ ਦੇਖ ਨਾਰਾਇਣ ਹੱਸੇ। ਸੋ ਅਗੋਚਰ ਦੁਨੀਆ ਨੂੰ ਝੂਠ ਨਾ ਸਮਝ, ਕੁਝ ਅੱਖਾਂ ਨੂੰ ਨਹੀਂ ਦਿਖਦਾ ਉਸਨੂੰ ਝੂਠ ਨਾ ਸਮਝ। ਇੱਕ ਪਰਦੇ ਦੇ ਅਗਲੇ ਕਿਨਾਰੇ ਤੈਨੂੰ ਕੁਝ ਨਹੀਂ ਦਿਖਦਾ, ਮਤਲਬ ਇਹ ਨਹੀਂ ਦੁਨੀਆ ਨਹੀਂ ਵੱਸਦੀ। ਸੋ ਆਪਣੀ ਅਗਿਆਨਤਾ ਨੂੰ ਗਿਆਨ ਕਹਿ ਕੇ ਦੁਨੀਆ 'ਤੇ ਥੋਪਣਾ ਇਹ ਮੂਰਖਤਾ ਨਾਸਤਕ ਕਰਦੇ ਨੇ। ਔਰ ਜਿਹੜੇ ਇਤਿਹਾਸ ਬਾਣੀ ਨੂੰ ਕਹਿੰਦੇ ਅਸੀਂ ਤਾਂ ਰਚਨਾ ਹੀ ਨਹੀਂ ਹੁੰਦੀ ਵੇਖੀ, ਅਸੀਂ ਤਾਂ ਅੱਖੀਂ ਨਹੀਂ ਵੇਖੀਆਂ ਸ਼ਹਾਦਤਾਂ, ਅਸੀਂ ਕਿਉਂ ਮੰਨੀਏ? ਫਿਰ ਆਪਣੇ ਵਜੂਦ ਨੂੰ ਵੀ ਮੰਨਣਾ ਛੱਡ ਦਿਓ। ਤੁਸੀਂ ਉਹ ਦਿਨ ਵੀ ਨਹੀਂ ਵੇਖਿਆ ਜਦੋਂ ਪਿਤਾ ਦਾ ਬੀਜ ਮਾਂ ਦੇ ਰਕਤ ਬਿੰਦ ਨਾਲ ਮਿਲ ਕੇ ਤੁਹਾਡੀ ਪੈਦਾਇਸ਼ ਹੋਈ ਸੀ। ਜਿਵੇਂ ਬਾਪੂ ਕਹਿੰਦਾ ਗੁਰੂ ਗ੍ਰੰਥ ਸਾਹਿਬ, ਰੰਚਕ ਰੇਤ ਖੇਤ ਤਨ ਨਿਰਮਤ ਦੁਰਲਭ ਦੇਹੇ ਸਵਾਰ ਧਰੀ। ਸੋ ਐਸੇ ਤਰਕ ਕਰਦੇ ਨੇ ਇਤਿਹਾਸ 'ਤੇ, ਪਰ ਆਪਾਂ ਕਿਹਦੀ ਮੰਨਣੀ ਹੈ? ਗੁਰੂ ਗ੍ਰੰਥ ਸਾਹਿਬ ਦੀ। ਅਤੇ ਉਹ ਕੀ ਕਹਿੰਦੇ ਨੇ? ਸੁਣ ਸਾਖੀ ਮਨ ਜਪ ਪਿਆਰ, ਤੂੰ ਸਾਖੀ ਸੁਣ। ਤੂੰ ਸਾਖੀ ਸੁਣ ਕੇ ਪਿਆਰ ਦੇ ਸਹਿਤ ਅਕਾਲ ਪੁਰਖ ਨੂੰ ਜਪ, ਖੁਦ ਖੁਦਾ ਗੁਰੂ ਗੋਬਿੰਦ ਸਿੰਘ ਨੂੰ।